ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਇੱਕ ਵੱਖਰਾ ਕਲਰ ਕੰਬੀਨੇਸ਼ਨ ਸ਼ੇਅਰ ਕਰਾਂਗੇ। ਸੋ ਇਹ ਜਿਹੜਾ ਬਾਦਲ ਵਰਕ ਦਾ ਡਿਜ਼ਾਈਨ ਹੈਗਾ, ਮੈਂ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹਾਂ। ਸੋ ਇਹ ਅਸੀਂ ਡਿਫਰੈਂਟ ਜਿਹੜਾ ਸ਼ੇਡ 'ਤੇ ਬਣਾਇਆ ਹੋਇਆ ਹੈ ਜੀ, ਔਰ ਤੁਸੀਂ ਇਸ ਸੂਟ ਨੂੰ ਸਾਰੇ ਬਹੁਤ ਪਸੰਦ ਕਰ ਰਹੇ ਹੋ। ਸੋ ਇਸ ਲਈ ਮੈਂ ਜਿਹੜੇ ਇਹਨਾਂ ਦਾ ਜਿਹੜਾ ਕਲਰ ਚਾਰਟ ਹੈਗਾ ਜਿਵੇਂ ਅਸੀਂ ਬਣਾ ਰਹੇ ਹੈਗੇ ਹਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸੋ ਇਹ ਸੀ ਗ੍ਰੀਨ ਕਲਰ 'ਤੇ ਬਣਿਆ ਹੋਇਆ ਜੀ, ਇਹ ਜੋਰਜਟ ਦਾ ਕਲਰ ਹੈਗਾ, ਔਰ ਤੁਸੀਂ ਕਿਸੇ ਵੀ ਸ਼ੇਡ 'ਤੇ ਬਣਾ ਸਕਦੇ ਹੋ। ਸੋ ਇਹ ਜੇ ਲਾਈਟ 'ਤੇ ਬਾਦਲਾ ਵਰਕ ਹੈ ਜਿਹੜਾ ਵਧੀਆ ਲੱਗਦਾ, ਤਾਂ ਡਾਰਕ 'ਤੇ ਆਲਰੇਡੀ ਹੈ ਜਿਹੜਾ ਇਹ ਬਹੁਤ ਹੀ ਵਧੀਆ ਲੱਗੇਗਾ। ਸੋ ਇਹਦੇ ਵਿੱਚ ਕੀ ਹੈਗਾ ਜੀ ਕਿ ਤੁਸੀਂ ਜੇ ਔਡਰ ਕਰਨਾ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ 'ਤੇ 7589231377 'ਤੇ ਭੇਜ ਸਕਦੇ ਹੋ, ਔਰ ਆਪਣਾ ਔਡਰ ਆ ਜਿਹੜਾ ਫਾਈਨਲ ਕਰ ਸਕਦੇ ਹੋ। ਸੋ ਬਹੁਤ ਸਾਰੇ ਕੁਸ਼ਚਨ ਹੈ ਜੀ ਹੁਣ ਵੀ ਕਿ ਤੁਸੀਂ ਔਡਰ ਕਿਵੇਂ ਪਲੇਸ ਕਰੀਏ। ਸੋ ਇਹ ਦੇਖੋ ਜੀ, ਨੀਚੇ ਇਹਦਾ ਜਿਹੜਾ ਬਾਰਡਰ ਬਣਦਾ ਹੈਗਾ ਬਾਦਲਾ ਵਰਕ ਦਾ, ਔਰ ਉੱਪਰ ਆ ਜਿਹੜੇ ਇਹਦੇ ਸਾਰੇ ਲਾਈਨਸ ਦੇ ਵਿੱਚ, ਵੇਵਸ ਦੇ ਵਿੱਚ ਜਿਹੜੇ ਫਲਾਰਸ ਹਨ ਜਾਂਦੇ ਆ, ਇਹਦੇ ਨਾਲ ਕੀ ਹੈਗਾ ਕਿ ਸਾਰਾ ਜਿਹੜਾ ਫਿਲ ਹੋ ਜਾਂਦਾ ਪੂਰਾ ਸ਼ਰਟ। ਇਹ ਦੇਖੋ ਉੱਪਰ ਤੱਕ ਆ ਜਿਹੜਾ ਇਹਦੇ ਵਰਕ ਕੀਤਾ ਹੋਇਆ, ਔਰ ਫਿਰ ਬੈਕ 'ਤੇ ਵੀ ਇਹਦੇ ਸੇਮ ਬਾਰਡਰ ਹੈ ਜੀ, ਬੈਕ 'ਤੇ ਅਸੀਂ ਸੇਮ ਬਾਰਡਰ ਦਿੱਤਾ ਹੋਇਆ, ਔਰ ਇਹ ਬਾਜੂ ਹੈ ਦੇਖੋ, ਬੈਕ 'ਤੇ ਸੇਮ ਬਾਰਡਰ ਹੈ, ਫਰੰਟ 'ਤੇ ਹੈ। ਸੋ ਇਹ ਕਾਫੀ ਜਿਹੜਾ ਤੁਸੀਂ ਜਦੋਂ ਇਹਨੂੰ ਮਤਲਬ ਸਟਿਚ ਕਰਵਾਉਂਦੇ ਹੋ ਤਾਂ ਕਾਫੀ ਹੈਵੀ ਪੀਸ ਬਣ ਜਾਂਦਾ। ਸੋ ਮੈਂ ਪਿੱਛੇ ਵੀ ਜਿਵੇਂ ਇਹ ਸੂਟ ਹੈ ਜਿਹੜਾ ਸ਼ੇਅਰ ਕਰ ਚੁੱਕੀ ਹਾਂ, ਔਰ ਬੋਟਮ 'ਤੇ ਵੀ ਤੁਸੀਂ ਸਟਰੇਟ ਸਲਵਾਰ ਬਣਾਉਣੀ ਆ ਤਾਂ ਉਸ 'ਤੇ ਬਣਾ ਸਕਦੇ ਹੋ। ਇਹ ਅਸੀਂ ਸਟਰੇਟ ਸਲਵਾਰ 'ਤੇ ਬਣਾਇਆ ਹੋਇਆ, ਪਲਾਜ਼ੋ ਬਣਾਉਣਾ ਤਾਂ ਅਸੀਂ ਉਸ ਦੇ ਅਕੋਰਡਿੰਗ ਜਿਹੜਾ ਵਰਕ ਕਰ ਦਾਂਗੇ। ਔਰ ਜਿਹੜਾ ਇਹਦਾ ਮੇਨ ਹੈਗਾ ਉਹ ਦੁਪੱਟਾ ਹੈਗਾ, ਦੁਪੱਟੇ ਦੇ ਵਿੱਚ ਅਸੀਂ ਲਾਈਟ ਡਾਰਕ ਕੰਬੀਨੇਸ਼ਨ ਦਿੱਤਾ ਹੋਇਆ ਸੀ ਗ੍ਰੀਨ ਨਾਲ ਪੀਕੌਕ ਸ਼ੇਡ ਦਾ। ਪਹਿਲਾਂ ਤੁਹਾਡੇ ਨਾਲ ਮੈਂ ਬਿਸਤਾ ਦੇ ਨਾਲ ਰੈੱਡ ਮੈਰ ਰੂਬੀ ਸ਼ੇਡ ਸ਼ੇਅਰ ਕਰ ਚੁੱਕੀ ਹਾਂ। ਸੋ ਇਹਦੇ ਨਾਲ ਇਹ ਜਿਹੜਾ ਸੂਟ ਹੈਗਾ ਇਹ ਕਾਫੀ ਡਾਰਕ ਹੋ ਜਾਂਦਾ, ਔਰ ਇਹਦੇ ਨਾਲ ਦੀ ਤੁਸੀਂ ਚੌੜੀ ਜਿਹੜੀ ਲੇਸ ਲੈ ਕੇ ਚੌੜੀ ਫਿਨਿਸ਼ਿੰਗ ਜਿਵੇਂ ਆਪਾਂ ਦਿੰਦੇ ਹਾਂ ਪੱਟੀ ਨਾਲ, ਸੋ ਤੁਸੀਂ ਚੌਕਾਂ 'ਤੇ ਜਿਹੜੀ ਲਗਵਾ ਸਕਦੇ ਹੋ। ਇਹ ਦੇਖੋ ਇਹ ਦੁਪੱਟੇ 'ਤੇ ਸਾਰਾ ਫੋਰ ਸਾਈਡਡ ਕੱਟ ਵਰਕ ਹੈ ਜੀ, ਵਿੱਚ ਕੋਰਨਰ 'ਤੇ ਵੱਡੇ ਫਲਾਰ ਹੈਗੇ ਆ, ਵਿੱਚ ਹੈ ਜਿਹੜੀ ਸਾਰੇ ਦੇ ਵਿੱਚ ਛੋਟੀ ਬੂਟੀ ਦਿੱਤੀ ਹੋਈ ਹੈ। ਸੋ ਇਹ ਜਿਹੜਾ ਦੁਪੱਟਾ ਹੈਗਾ ਇਹ ਪੂਰਾ ਫਿੱਲ ਹੋ ਜਾਂਦਾ, ਇਹ ਦੇਖੋ, ਔਰ ਬਹੁਤ ਹੀ ਜਿਹੜਾ ਇਹਦਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ, ਜਿਵੇਂ ਇਸ ਤਰ੍ਹਾਂ ਦੇ ਤੁਸੀਂ ਸਟਿਚਿੰਗ ਦੇ ਵਿੱਚ ਇਹਨੂੰ ਚੌਕਸ ਦੇ ਜਿਹੜੇ ਬੈਕ ਸਾਈਡ 'ਤੇ ਲਗਾ ਕੇ ਫਿਨਿਸ਼ ਕਰ ਸਕਦੇ ਹੋ। ਸੋ ਅਸੀਂ ਜਿਵੇਂ ਸੀ ਗ੍ਰੀਨ ਦੇ ਨਾਲ ਇਹਨੂੰ ਅਸੀਂ ਕੰਟਰਾਸਟ ਦਿੱਤਾ ਹੋਇਆ, ਸੋ ਉਹਦੇ ਨਾਲ ਦਾ ਅਸੀਂ ਦੁਪੱਟਾ ਕਰ ਲਿਆ। ਇਹ ਦੇਖੋ ਜੀ, ਇਹ ਪੂਰਾ ਹੈਵੀ ਜਿਹੜਾ ਸੂਟ ਬਣਦਾ ਹੈਗਾ ਜੀ, ਇਹਨੂੰ ਤੁਸੀਂ ਕਿਸੇ ਵੀ ਕਲਰ 'ਤੇ ਕਰਾ ਸਕਦੇ ਹੋ, ਕਿਸੇ ਵੀ ਸਟੱਫ 'ਤੇ ਕਰਾ ਸਕਦੇ ਹੋ। ਇਹ ਸਾਰੇ ਸਟੱਫ ਲਈ ਕੰਫਰਟੇਬਲ ਹੈ ਵਰਕ, ਕਿਉਂਕਿ ਸਾਰੇ ਕੁਸ਼ਚਨ ਬਹੁਤ ਸਾਰੇ ਹੋ ਜਾਂਦੇ ਆ ਕਿ ਤੁਸੀਂ ਸੈਮੀ ਗ੍ਰੇਵ 'ਤੇ ਕਿਵੇਂ ਲੱਗੂਗਾ ਜੀ, ਡਾਰਕ ਸ਼ੇਡ 'ਤੇ। ਜੇ ਇਹ ਡਾਰਕ ਸ਼ੇਡ 'ਤੇ ਹੈ ਤਾਂ ਔਲ ਗੋਲਡਨ ਵਰਕ ਹੈਗਾ, ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ। ਸੋ ਜੇ ਲਾਈਟ 'ਤੇ ਵਧੀਆ ਲੱਗਦਾ ਤਾਂ ਡਾਰਕ 'ਤੇ ਆਲਰੇਡੀ ਹੈ ਜਿਹੜਾ ਇਹ ਵਧੀਆ ਲੱਗੇਗਾ। ਸੋ ਇਸੇ ਤਰ੍ਹਾਂ ਜੀ ਤੁਸੀਂ ਕਿਸੇ ਵੀ ਸ਼ੇਡ 'ਤੇ ਇਹਨੂੰ ਜਿਹੜਾ ਔਡਰ ਕਰ ਸਕਦੇ ਹੋ, ਔਰ ਸਕਰੀਨਸ਼ੋਟ ਭੇਜ ਕੇ 7589231377 'ਤੇ ਤੁਸੀਂ ਮੈਨੂੰ ਔਡਰ ਕਰ ਸਕਦੇ ਹੋ। ਔਰ ਹੋਰ ਕੋਈ ਵੀ ਡਿਟੇਲ ਜਾਣਨੀ ਆ ਤਾਂ ਤੁਸੀਂ ਮੈਨੂੰ ਵਟਸਐਪ 'ਤੇ ਪੁੱਛ ਸਕਦੇ ਹੋ, ਪਲੀਜ਼ ਕਾਲ ਨਾ ਕਰੋ, ਵਟਸਐਪ 'ਤੇ ਮੈਸੇਜ ਛੱਡਿਆ ਕਰੋ, ਸ਼ਾਮ ਤੱਕ ਉਹਦਾ ਰਿਪਲਾਈ ਤੁਹਾਨੂੰ ਜ਼ਰੂਰ ਮਿਲੇਗਾ। ਔਰ ਕੋਈ ਵੀ ਚੀਜ਼ ਪੁੱਛਣੀ ਆ ਜਾਂ ਜੇ ਤੁਹਾਡਾ ਔਡਰ ਦਿੱਤਾ ਹੋਇਆ ਤਾਂ ਉਹਦੇ ਬਾਰੇ ਉਹਦੇ ਰਿਗਾਰਡਿੰਗ ਕੋਈ ਗੱਲ ਕਰਨੀ ਆ, ਸਟਿਚਿੰਗ ਦਾ ਕੋਈ ਵੀ ਤੁਸੀਂ ਗੱਲ ਦੱਸਣੀ ਹੈ ਕਿ ਮੇਰਾ ਇਸ ਹੋਣਾ ਚਾਹੀਦਾ, ਤੁਸੀਂ ਆਪਣੇ ਵਟਸਐਪ 'ਤੇ ਮੈਸੇਜ ਛੱਡਿਆ ਕਰੋ, ਕਿਉਂਕਿ ਜਦੋਂ ਅਸੀਂ ਔਡਰ ਜਿਹੜਾ ਤਿਆਰ ਕਰਦੇ ਹੈਗੇ ਹਾਂ, ਮੈਂ ਜਿਹੜਾ ਵਟਸਐਪ 'ਤੇ ਤੁਹਾਡਾ ਚੈੱਕ ਕਰਦੀ ਹਾਂ, ਜਿਵੇਂ ਵੀ ਤੁਸੀਂ ਵਟਸਐਪ 'ਤੇ ਦੱਸਿਆ ਪਿਆ ਹੁੰਦਾ ਉਵੇਂ ਹੀ ਅਸੀਂ ਜਿਹੜਾ ਔਡਰ ਆ ਤੁਹਾਡਾ ਬਣਾਉਂਦੇ ਹਾਂ, ਕਿਉਂਕਿ ਜਦੋਂ ਤੁਸੀਂ ਫੋਨ 'ਤੇ ਕਹਿ ਦਿੰਦੇ ਹੋ ਤਾਂ ਉਹ ਨੋਟ ਕਰਨ ਵੱਲੋਂ ਕਈ ਵਾਰੀ ਕੋਈ ਵੀ ਗੱਲ ਆ ਜਿਹੜੀ ਮਿਸ ਹੋ ਜਾਂਦੀ ਹੈ, ਸੋ ਫਿਰ ਉਹ ਨਹੀਂ ਹੁੰਦਾ। ਵਟਸਐਪ ਦੇ ਵਿੱਚ ਤੁਹਾਡਾ ਪੂਰਾ ਜਿਹੜਾ ਫੀਡ ਹੋ ਜਾਂਦਾ ਡਾਟਾ, ਸੋ ਇਸੇ ਲਈ ਤੁਸੀਂ ਵਟਸਐਪ 'ਤੇ ਕੋਈ ਵੀ ਮੈਸੇਜ ਛੱਡਿਆ ਕਰੋ, ਮੈਨੂੰ ਇਹਦੇ ਨਾਲ ਬੋਟਮ ਚਾਹੀਦੀ ਹੈ, ਇਹਦੇ ਨਾਲ ਪਲਾਜ਼ੋ ਚਾਹੀਦਾ ਹੈ, ਜਾਂ ਦੁਪੱਟਾ ਕਿਵੇਂ ਚਾਹੀਦਾ, ਕਿਉਂਕਿ ਅਸੀਂ ਉਹੀ ਚੈੱਕ ਕਰਦੇ ਹਾਂ ਜਦੋਂ ਵੀ ਔਡਰ ਰੈਡੀ ਕਰਦੇ ਹਾਂ। ਸੋ ਇਹ ਕੁਛ ਗੱਲਾਂ ਸੀਗੀਆਂ ਜੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਸੋ ਮੈਨੂੰ ਵਟਸਐਪ 'ਤੇ ਮੈਸੇਜ ਕਰਿਆ ਕਰੋ, ਔਰ ਇਸੇ ਤਰ੍ਹਾਂ ਦੇ ਡਿਜ਼ਾਇਨਸ ਦੇਖਣ ਲਈ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ ਜੀ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।